ਅਸਰੀਕਾਲ ਵੀ ਦਰਸ਼ਕੋ ਕਹ ਲੋ ਕਿ ਦੁਨੀਆ ਦੇ ਉੱਤੇ ਨਾ ਸ਼ਕੀਨ ਲੋਕ ਬਹੁਤ ਨੇ ਪਰ ਸ਼ਕੀਨਾਂ ਦੇ ਵਿੱਚ ਐਸੀ ਸ਼ਕੀਨੀ ਕਿ ਜਿਹੜੀ ਪੈਸੇ ਦੇ ਤੌਰ ਤੇ ਵੀ ਬਹੁਤ ਮਹਿੰਗੀ ਹੋਵੇ ਉਹ ਲੋਕ ਬਹੁਤ ਘੱਟ ਨੇ ਅੱਜ ਸਾਡੇ ਨਾਲ ਨੇ MLA ਬੱਬਲ ਜੀ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਤੇ ਅੱਜ ਇਹਨਾਂ ਕੋਲੇ ਨੇ ਅਸਲਾ ਹਿਟਲਰ ਵੇਲੇ ਦਾ ਕਹ ਲੋ ਕਿ ਗਨ ਸਾਡੇ ਕੋਲ ਪਿਸਤਲ ਥੋੜੀ ਜਿਹੀ ਦੇਖ ਰਹੇ ਹੋ 34 ਪਿਸਤਲ ਆ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਬਾਈ ਜੀ ਇਹ ਕਿਹੜੇ ਸਮੇਂ ਦਾ ਜੀ ਇਹ मेरे दादा जी उन्होंने खरीदया सीगा। अच्छा जी। ते वो मैं दसते होंगे सीगे भी ये हिटलर की लड़ाई का जिहड़ा सीगा बेस्ट वैपन सी उन्हें तैयार करवाया सीगा। अच्छा। ते वो फिर अगे दी अगे चलदा अपनी इंडिया चाह के मेरे दादा जी ने लै लिया और उस तो बाद उन्होंने जाने तो बाद मैं मेरे लिए सस्ते आ गए। बिलकुल आम अपने पिस्टल है ਬਿਲਕੁਲ ਮਤਲਬ ਇੱਕ ਤਾਂ ਦਾਦਾ ਜੀ ਦੀ ਨਿਸ਼ਾਨੀ ਆ ਇੱਕ ਜਿਹੜੀ ਕੁਆਲਿਟੀ ਆ ਹਨਾ ਕੁਆਲਿਟੀ ਦੇਖੋ ਸਾਡੀ ਸਭ ਤੋਂ ਵੱਡੀ ਗੱਲ ਹੈ ਕਿ 34 ਆ ਜਿਹੜਾ ਇਹ ਐਨਪੀ ਬੋਰ ਜੀ ਤੇ ਐਨਪੀ ਬੋਰ ਚ ਐਡਾ ਵਧੀਆ ਕੋਈ ਵੈਪਨ ਬਣਿਆ ਹੀ ਨਹੀਂਗਾ ਦੁਨੀਆ ਦਾ ਜਿਹਦੀ ਇੰਨੀ ਰੇਂਜ ਲੰਬੀ ਹੋ ਜੀ ਅੱਜ ਵੀ ਨਹੀਂ ਬਣਿਆ ਉਦੋਂ ਤੱਕ ਕੀ ਅੱਜ ਵੀ ਹੈ ਨਹੀਂ ਜਿਹੜਾ ਸਿਵਲੀਆਂ ਦਾ ਸੀ ਰੱਖ ਸਕੀ ਹੈ ਜੀ 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 ਤੇ ਇਸ ਵਾਸਤੇ ਇਹੋ ਜੀ ਚੀਜ਼ ਤਾਂ ਦੇਣ ਦਾ ਮਤਲਬ ਨਹੀਂ ਬਿਲਕੁਲ ਹਥਿਆਰ ਵੀ ਇਹਦੇ ਵਰਗਾ ਕੋਈ ਨਹੀਂ ਬਣਿਆ ਤੇ ਹਿਟਲਰ ਵਰਗਾ ਤਾਨਾ ਸ਼ਾਹ ਵੀ ਕੋਈ ਨਹੀਂ ਬਣਿਆ ਕੋਈ ਨਹੀਂ ਫਿਰ ਇਹਦੀ ਸਿਰਫ ਇੱਕੋ ਹੀ ਇਹਦਾ ਲਾਸ ਹੈ ਜਿਹੜੀ ਇੱਕੀ ਇਹ ਪ੍ਰੋਬਲਮ ਹੈ ਕਿ ਇਹਦੀ ਗੋਲੀ ਬਹੁਤ ਮਹਿੰਗੀ ਹੈ ਗੋਲੀ ਮਹਿੰਗੀ ਹੈ ਹਾਂ ਕਿਉਂਕਿ ਇੰਪੋਰਟਡ ਆ ਰਹੀ ਹੈ ਜੀ ਇੰਪੋਰਟਡ ਆਉਂਦੀ ਹੈ ਗੋਲੀ ਬਹੁਤ ਮਹਿੰਗੀ ਹੈ ਪਰ ਆਪਾਂ ਕੀ ਗੋਲੀ ਕਿੱਥੇ ਚਲਾਉਣੀ ਹੁੰਦੀ ਹੈ ਇਹ ਸ਼ੌਂਕੀਆ ਤੌਰ ਤੇ ਤੁਹਾਡਾ ਰੱਖਿਆ ਤੇ ਇਹ ਚ ਮੈਗਜ਼ੀਨ ਪੈਂਦਾ ਫਿਰ ਕਿੰਨੀ ਉਹਦੇ ਵਿੱਚ ਇਹਦੇ ਇਹਦੇ ਨਾਲ ਜੀ ਦੋ ਮੈਗਜ਼ੀਨ ਹੈ ਆ ਦੇਖੋ ਆ 10 ਆ 20 ਵਾਲਾ ਆ 20 ਪੈਂਦੇ ਇਹਦੇ ਵਿੱਚ ਇਹਦੇ 20 ਪੈ ਜਾਂਦੇ ਨੇ ਠੀਕ ਆ ਇਹਦਾ ਇੱਕ ਮੈਗਜ਼ੀਨ ਹੋਰ ਦਰਸ਼ਕੋ ਆ ਮੈਗਜ਼ੀਨ ਆ ਇਹ 20 ਪੈਂਦੇ ਇਹਦੇ ਵਿੱਚ ਇਹਦਾ ਸਾਰੋਂ ਵੱਡਾ ਇਸ ਤੋਂ ਵੱਡਾ ਹੈ ਇਸ ਪਿਸਤੌਲ ਚ ਜੀ चंगी ला घोड़ा राजस्थान हरियाणा भी बड़े शकीन है पता लगा मेरे को बहुत चौधरी जाट बिछड़ोई आए अच्छा मैं बेचना ही देख लो कहने जी जो मर्जी कीमत लगो अच्छा भी देना नहीं मैं देना मैं दिखा दिना ਉੱਤੇ ਇਹਦੇ ਕੀ ਲਿਖਿਆ ਜੀ ਮੈਡਨ ਜਰਮਨੀ ਕਾਇਦਾ ਮੈਡਨ ਜਰਮਨੀ ਦੇਖੋ ਵੀ ਮੈਡਨ ਜਰਮਨੀ ਲਿਖਿਆ ਹੋਇਆ ਇਹਦੇ ਉੱਤੇ ਤੇ ਹਿਟਲਰ ਤੁਸੀਂ ਜਾਣਦੇ ਹੋ ਕਿ ਜਰਮਨ ਦਾ ਤਾਨਾ ਸ਼ਾਹ ਸੀ ਵੀ ਕਹ ਲੋ ਕਿ ਉਹਨੇ ਦੁਨੀਆ ਜ਼ੁਲਮ ਕਰ ਕਰਕੇ ਤਬਾਹ ਕਰਤੀ ਸੀ ਤੇ ਗੈਸ ਚੈਂਬਰਾਂ 'ਚ ਬੰਦੇ ਪਾ ਪਾ ਕੇ ਉਹਨੇ ਫੂਕਦੇ ਸੀ ਵੀ ਜਿੰਨੀ ਖਤਰਨਾਕ ਉਹਦੀ ਸੋਚ ਸੀ ਤੇ ਉਦੋਂ ਖਤਰਨਾਕ ਇਹਦੇ ਫੈਰ ਸੀ ਉਹਦੀ ਸੋਚ ਇਹਦੇ ਵਿੱਚੋਂ ਵੀ ਝਲਕਦੀ ਆ ਵੀ ਦੂਰ ਤੱਕ ਮਾਰ ਕਰਦੀ ਆ ਕਹਿੰਦੇ ਵੀ
ਹਜੇ ਤੱਕ ਵੀ ਇਹਦੇ ਮੁਕਾਬਲੇ ਦਾ ਬਣਿਆ ਨਹੀਂ ਵੀ ਜਿੰਨੀ ਦੀ ਮਾਰ ਕਰ ਸਕਦਾ ਐ ਦੇਖੋ ਮੈਂ ਕਹਿੰਦਾ ਰਾਈਫਲ AK-47 ਦੀ 300 ਗਜ AK-47 ਦੀ 300 ਗਜ ਸਿਰਫ 300 ਗਜ ਇਹ 1000 ਗਜ ਇਹ 1000 ਗਜ ਇਫੈਕਟਿਵ ਰੇਂਜ ਜੀ ਤੇ weight ਦੇ ਵਿੱਚ ਵੀ ਕਾਫੀ ਕਿੰਨਾ ਹੋਊਗਾ weight ਦਾ ਆ ਦੇਖੋ ਇੱਥੇ ਲਿਖਿਆ ਪੂਰਾ ਜੀ ਆ ਦੇਖੋ ਪੜੋ 1000 ਗਜ ਲਿਖਿਆ ਹੋਇਆ ਵੀ ਆ ਦੇਖੋ ਐ ਕਰਾਂਗੇ ਇਹ ਪੂਰਾ ਘਟਾ ਵੀ ਸਕਦੇ ਆ ਜੀ ਇਦਾਂ ਹੀ ਆ ਨਾ ਜੀ ਲੰਮਾ ਲਾਉਣਾ ਫਿਰ ਇਹਨੂੰ ਚੱਕੀਦਾ ਜਰਮਨ ਰੇਅਰ ਚੀਜ਼ ਦਾ ਕੋਈ ਮੁੱਲ ਨਹੀਂ ਹੁੰਦਾ ਦੁਰਲੱਭ ਚੀਜ਼ ਆ ਇਹ ਤੇ ਅਦਰਵਾਈਜ਼ ਆਪਾਂ ਤੁਹਾਨੂੰ ਪਤਾ ਕਿ ਇਹੋ ਜਿਹੇ ਹੋਰ ਹਥਿਆਰ ਜੋ ਨਵੇਂ ਨਹੀਂ ਦਿਖਾਈ ਦੇ ਕਿਉਂਕਿ ਅੱਜ ਕੱਲ੍ਹ ਮੁੰਡੇ ਜੋ ਟਿਕਟੋਕ ਦੇ ਪਾਉਂਦੇ ਉਹ ਚੀਜ਼ਾਂ ਨਹੀਂ ਠੀਕ ਰਹਿੰਦੀਆਂ ਪਰ ਇੱਕ ਜ਼ਿੰਮੇਵਾਰ ਇਨਸਾਨ ਕੋਲੇ ਆ ਲਾਇਸੈਂਸੀ ਆ ਕੋਈ ਇਉਂ ਨਹੀਂ ਗਾ ਵੀ ਇਹ ਪ੍ਰੋਪਰ ਜ਼ਿੰਮੇਵਾਰੀ ਦੇ ਨਾਲ ਵਧੀਆ ਸਾਂਭ ਕੇ ਰੱਖਿਆ ਹੋਇਆ ਅਤੇ ਦਰਸ਼ਨੀ ਆ ਹੈ ਨਾ ਜੀ ਬਿਲਕੁਲ ਅੰਕਲ ਜੀ ਤੁਹਾਡਾ ਧੰਨਵਾਦ ਤੁਸੀਂ ਇਹਨਾਂ ਨੂੰ ਸਾਨੂੰ ਬੇਸ਼ਕੀਮਤੀ ਅਤੇ ਵਧੀਆ ਚੀਜ਼ ਦੀ ਜਾਣਕਾਰੀ ਦਿੱਤੀ ਥੈਂਕ ਯੂ ਸਰ ਜੀ ਥੈਂਕ ਯੂ